ਫਾਜ਼ਿਲਕਾ ਦੇ ਰੇਲਵੇ ਰੋਡ ਤੇ ਸਿਵਲ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਇੱਕ ਨੌਜਵਾਨ ਨੂੰ ਕੀਤਾ ਲੋਕਾਂ ਨੇ ਕਾਬੂ ਮੋਟਰਸਾਈਕਲ ਚੋਰੀ ਕਰਨ ਦਾ ਲਗਾਇਆ ਆਰੋਪ ਕੀਤੀ ਛਿੱਤਰ ਪਰੇਡ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਬਿਲਡਿੰਗ ਦੇ ਵਿੱਚ ਬਣੀ ਪਾਰਕਿੰਗ ਦੇ ਅੰਦਰ ਜੰਮ ਕੇ ਹੰਗਾਮਾ ਹੋਇਆ ਇੱਕ ਵਿਅਕਤੀ ਤੇ ਮੋਟਰਸਾਈਕਲ ਚੋਰੀ ਦਾ ਆਰੋਪ ਲਗਾ ਕੇ ਉਸ ਦੀ ਕੁੱਟਮਾਰ ਕੀਤੀ ਗਈ ਲੋਕਾਂ ਦਾ ਕਹਿਣਾ ਸੀ ਕਿ ਇਹ ਵਿਅਕਤੀ ਮੋਟਰਸਾਈਕਲ ਚੋਰੀ ਕਰ ਰਿਹਾ ਸੀ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਇਸ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਜਦਕਿ ਯੁਵਕ ਦਾ ਕਹਿਣਾ ਸੀ ਕਿ ਉਸ ਨੂੰ ਕਿਸੇ ਨੇ ਚਾਬੀ ਦਿੱਤੀ ਸੀ ਤੇ ਕਿਹਾ ਸੀ ਕਿ ਪਾਰਕਿੰਗ ਦੇ ਵਿੱਚ ਖੜਾ ਮੋਟਰਸਾਈਕਲ ਲੈ ਆਵੇ ਜਿਸ ਦੇ ਚਲਦੇ ਉਹ ਮੋਟਰਸਾਈਕਲ ਲੈਣ ਦੇ ਲਈ ਇੱਥੇ ਆ ਗਿਆ ਉਧਰ ਤਲਾਸ਼ੀ ਲੈਣ ਤੇ ਇਸ ਨੌਜਵਾਨ ਕੋਲੋਂ ਮੋਟਰਸਾਈਕਲ ਦੀਆਂ ਦੋ ਚਾਬੀਆਂ ਬਰਾਮਦ ਹੋਈਆਂ ਜਿਸ ਦੇ ਚਲਦੇ ਨੌਜਵਾਨ ਦਾ ਕਹਿਣਾ ਸੀ ਕਿ ਇੱਕ ਚਾਬੀ ਉਸ ਦੇ ਖੁਦ ਦੇ ਮੋਟਰਸਾਈਕਲ ਦੀ ਹੈ ਜੋ ਕਿ ਘਰੇ ਖੜਾ ਹੈ ਅਤੇ ਉਹ ਆਪਣੇ ਮੋਟਰਸਾਈਕਲ ਦੀ ਚਾਬੀ ਆਪਣੀ ਜੇਬ 'ਚ ਪਾ ਕੇ ਲੈ ਆਇਆ ਹੈ ਲੋਕਾਂ ਵੱਲੋਂ ਇਸ ਤੇ ਮੋਟਰਸਾਈਕਲ ਚੋਰੀ ਦਾ ਆਰੋਪ ਲਗਾਇਆ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਇਸ ਵਿਅਕਤੀ ਵੱਲੋਂ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ ਇਸ ਮਾਮਲੇ ਨੂੰ ਲੈ ਕੇ ਹਸਪਤਾਲ ਦੇ ਵਿੱਚ ਕਾਫੀ ਹੰਗਾਮਾ ਹੋਇਆ ਦੱਸਿਆ ਜਾ ਰਿਹਾ ਹੈ ਅੱਛਾ ਨਾਲ ਆਇਆ ਫਿਰ ਕੋਣ ਨਾਲ ਆਇਆ ਦੋਨੋਂ ਨਾਲ ਆਇਆ ਵੀਰੇ ਠੀਕ ਹੈ ਦੋਨੋਂ ਨਾਲ ਆਇਆ ਆ ਚਾਬੀ ਫਿਰ ਤੁਸੀਂ ਕਿੱਥੋਂ ਲਾਈ ਉਹਨਾਂ ਨੇ ਚਾਬੀ ਦਿੱਤੀ ਅੱਛਾ ਅੱਛਾ ਚਾਬੀ ਨਾਲ ਉਹਨਾਂ ਨੇ ਚਾਬੀ ਦਿੱਤੀ ਕਿਹਨਾਂ ਨੇ ਤੁਮ ਚਾਬੀ ਦਿੱਤੀ ਬੋਲ ਦਿੱਤੀ ਚਾਬੀ ਦੱਸ ਓ ਯਾਰ ਮੁੰਡੇ ਬੋਲ ਜਲਦੀ ਬੋਲ ਜਲਦੀ ਬੋਲ ਬਾਹਰ ਖੇਡੇ ਦੋ ਮੁੰਡੇ ਉਹਨਾਂ ਨੇ ਤੁਮ ਚਾਬੀ ਦਿੱਤੀ ਉਹਨਾਂ ਨੇ ਚਾਬੀ ਦਿੱਤੀ ਸੌਣ ਲੱਗੇ ਵੀਰੇ ਮੋਬਾਈਲ ਚੱਕਦੇ ਨੌ ਨਹੀਂ ਯਾਰ ਸੌਣ ਲੱਗੇ ਬਾਈ ਨਾ ਮਾਰੇ ਮੋਰੇ ਨਾਲ ਯਾਰ ਨਾ ਵੀਰੇ ਯਾਰ ਆਪਾਂ ਨੂੰ ਕੀ ਲੋੜ ਹੈ ਚੱਕਣ ਦੀ ਯਾਰ ਮੈਂ ਤਾਂ ਨਾਲ ਆਇਆ ਨਾਲ ਆ ਕੇ ਫਸ ਗਿਆ ਮੇਰੇ ਯਾਰ ਕੁੱਟ ਲੋ ਜਿੰਨਾ ਮਰਜ਼ੀ ਕੁੱਟ ਲੋ ਠੀਕ ਹੈ ਕੁੱਟਣਾ ਕਾਹਦਾ ਤੈਨੂੰ ਕੁੱਟਣਾ ਦੱਸ ਦੇ ਮੈਂ ਕੁੱਟ ਲੋ ਜਿੰਨਾ ਮਰਜ਼ੀ ਕੁੱਟ ਲੋ ਮੈਂ ਤਾਂ ਵੈਸੇ ਨਾਲ ਆਇਆ ਇਹ ਤੁਹਾਨੂੰ ਦੂਜਾ ਬੰਦਾ ਕਿਉਂ ਮਾਰ ਰਿਹਾ ਜਿਹੜਾ ਮੋਬਾਈਲ ਦਾ ਕੀ ਚੱਕਰ ਹੈ ਯਾਰ ਮੈਨੂੰ ਕੀ ਪਤਾ ਵੈਸੇ ਕੁੱਟੀ ਜਾਂਦਾ ਮਾਰ ਲੈ ਲੱਖ ਮਾਰ ਲੈ ਯਾਰ ਮੈਨੂੰ ਹੋਰ ਮਾਰ ਲਵੇ ਠੀਕ ਹੈ ਨਾ ਕੀ ਨਾ ਕੀ ਦੱਸ ਭਾਈ ਮਾਰ ਦੇ ਨਾ ਕੀ ਦੱਸ ਮੇਰੇ ਨਾਲ ਲੱਭ ਲੈ ਵੀਰੇ ਹੋਰ ਕੁੱਟ ਲਵੇ ਯਾਰ ਕੁੱਟ ਲਵੇ ਬਸ ਠੀਕ ਹੈ ਨਾ ਮੈਂ ਤਾਂ ਆ ਕੇ ਫਸ ਗਿਆ ਯਾਰ ਵੈਸੇ ਆ ਗਿਆ ਉਹਨਾਂ ਨਾਲ ਠੀਕ ਹੈ ਨਾ ਕਿਹੜੇ ਪਿੰਡ ਦਾ ਪਿੰਡ ਮੇਰੇ ਖਾਲਸ ਮੈਂ ਆ ਗਿਆ ਪਿੰਡ ਮੇਰਾ ਥੇਗਲੰਦਰ ਪਿੰਡ ਹੈ ਯਾਰ ਮੇਰੇ ਘਰੇ ਚੱਲ ਵੜੋ ਨਾਲ ਯਾਰ ਬਾਈ ਮੇਰੀ ਗੱਲ ਤੂੰ ਕਿਸੇ ਤੇਰੇ ਬੰਦੇ ਨੂੰ ਬੁਲਾ ਲੈ ਇੱਥੇ ਜਿਹੜਾ ਜਾਣਕਾਰ ਹੈ ਤੇਰੇ ਬਾਰੇ ਜਾਣਦਾ ਹੋਵੇ ਉਹਨਾਂ ਨੂੰ ਬੁਲਾ ਯਾਰ ਜਿਨ੍ਹਾਂ ਨੂੰ ਚਾਬੀ ਦਿੱਤੀ ਉਹਨਾਂ ਨੂੰ ਬੁਲਾ ਉਹ ਉਹਨਾਂ ਨੂੰ ਯਾਰ ਉਹ ਬੰਦੇ ਨੂੰ ਕਹੀ ਜਾਂਦੇ ਮੇਰੇ ਨਾਲ ਉਹਨਾਂ ਨੂੰ ਫੜ ਲੈਣ ਉਹਨਾਂ ਨੂੰ ਬੁਲਾ ਲਓ ਯਾਰ ਉਹ ਫਿਰ ਪੱਤੀ ਕਿਉਂ ਪੱਤੀ ਕਿਉਂ ਇੱਕ ਮਿੰਟ ਰੁਕ ਸੌਂ ਲੱਗੇ ਮੈਂ ਸੁੱਕੇ ਮੇਰੀ ਗੱਲ ਉਸਕਾ ਕੋਈ ਪਤਾ ਨਹੀਂ ਕੰਨ ਆਇਆ ਇੱਕ ਮਿੰਟ ਸੁੱਕੇ ਮੇਰੀ ਗੱਲ ਤੂੰ ਐ ਐਵੇਂ ਇਸ ਚੰਦ ਮੋਦੀ ਜਦੋਂ ਉਹ ਬੰਦੇ ਮਤਲਬ ਕਿ ਤੂੰ ਬਤਾਏਗਾ ਜਦੋਂ ਤੇ ਕੌਣ ਹੈ ਕੌਣ ਨੇ ਜਦੋਂ ਉਹਨੇ ਤੈਨੂੰ ਚਾਬੀ ਦਿੱਤੀ ਤੈਨੂੰ ਪਤਾ ਸੀ ਉਹਨਾਂ ਦਾ ਬਾਈਕ ਹੈਗਾ ਹਾਂ ਉਹਨਾਂ ਨਾਲ ਇਸੇ ਬਾਈਕ ਤੇ ਚੜ ਕੇ ਆਇਆ ਵੀਰੇ ਯਾਰ ਸੌਣ ਲੱਗੇ ਮੈਂ ਇਸੇ ਬਾਈਕ ਤੇ ਚੜ ਕੇ ਆਇਆ ਫਿਰ ਉਹਨਾਂ ਨੇ ਕਾਪੀ ਕਿਉਂ ਨਹੀਂ ਦਿੱਤੀ ਬਾਈਕ ਦੀ ਫਿਰ ਉਹ ਕਿਉਂ ਪਾਈਦੇ ਨੇ ਮੈਨੂੰ ਕੀ ਪਤਾ ਯਾਰ ਮੈਂ ਉਹਨਾਂ ਦੇ ਨਾਲ ਆਇਆ ਇੰਨਾ ਮੈਨੂੰ ਪਤਾ ਇਹਨੂੰ ਉਹਨਾਂ ਦੇ ਕੋਈ ਦਾਖਲ ਦੂਖਲ ਸੀਗੇ ਠੀਕ ਹੈ ਰਿਸ਼ਤੇਦਾਰ ਉਹਨਾਂ ਨਾਲ ਆਇਆ ਸੀ ਮੈਂ ਤਾਂ ਠੇਕਲਾਂ ਦੇ ਅੱਡੇ ਤੋਂ ਚੜਿਆ ਉਹਨਾਂ ਨਾਲ ਨਹੀਂ ਤੈਨੂੰ ਮਾਰਦੇ ਕਿਉਂ ਪਏ ਨੇ ਯਾਰ ਇਹ ਹੁਣ ਆਏ ਕਹਿੰਦੇ ਵੀ ਚੋਰੀ ਦਾ ਮੋਟਰਸਾਈਕਲ ਚੱਕੀ ਜਾਂਦੇ ਆਏ ਮੈਂ ਤਾਂ ਵੈਸੇ ਆਪਦੇ ਸੱਚੇ ਦਿਲੋਂ ਉਹਨਾਂ ਦੇ ਨਾਲ ਆਇਆ ਯਾਰ ਠੀਕ ਆ ਉਹ ਬੰਦੇ ਨਹੀਂ ਭੱਜ ਗਏ ਮੈਂ ਨਹੀਂ ਭੱਜਿਆ ਠੀਕ ਆ ਬਾਈ ਨੇ ਮੈਨੂੰ ਥੱਲੇ ਮੈਂ ਨਹੀਂ ਭੱਜਿਆਗਾ ਨਹੀਂ ਮੋਟਰਸਾਈਕਲ ਕਿੱਥੋਂ ਚੱਕਿਆ ਮੋਟਰਸਾਈਕਲ ਚੱਕਿਆ ਤੈਨੂੰ ਭੱਜਣ ਨਹੀਂ ਦਿੱਤਾ ਨਹੀਂ ਯਾਰ ਨਹੀਂ ਮੋਟਰਸਾਈਕਲ ਚੱਕਿਆ ਸੀਗਾ ਤੂੰ ਤੇਰੇ ਨਾਲ ਦੇ ਕਹਿੰਦੇ ਕਿੰਦਾ ਚੱਕਿਆ ਸੀਗਾ ਚਾਬੀ ਲਾਈ ਆ ਚਾਬੀ ਮੇਰੇ ਕੋਲੇ ਆ ਆ ਮੇਰੇ ਮੋਟਰਸਾਈਕਲ ਆ ਉਹਨਾਂ ਦੇ ਮੋਟਰਸਾਈਕਲ ਚਾਬੀ ਆ ਬਾਈ ਮੇਰੇ ਮੋਟਰਸਾਈਕਲ ਦੀ ਬਾਈ ਦੇ ਕੋਲੇ ਚਾਬੀ ਠੀਕ ਆ ਆ ਚਾਬੀ ਕਿੰਦੀ ਹੈ ਇਹ ਮੇਰੇ ਮੋਟਰਸਾਈਕਲ ਤੇਰਾ ਮੋਟਰਸਾਈਕਲ ਕਿੱਥੇ ਹੈ ਸਿਟੀ 100 ਮੇਰਾ ਘਰੇ ਖੜਾ ਮੋਟਰਸਾਈਕਲ ਅੱਛਾ ਤੇ ਚਾਬੀ ਤੂੰ ਜੇਬ ਵਿੱਚ ਪਾਈ ਫਿਰਦਾ ਮੈਂ ਜੇਬ ਵਿੱਚ ਵੈਸੇ ਪਾਈ ਫਿਰਦਾ ਕਰੋ ਕੋਈ ਨਾ ਲੈਣ ਜਾਵੇ ਡੈਡੀ ਨਾਲ ਲੈ ਜਾਵੇ ਯਾਰ ਮੇਰੇ ਘਰੋਂ ਕੋਈ ਮੋਟਰਸਾਈਕਲ ਚਲਾ ਹੀ ਨਹੀਂ ਸਕਦਾ ਮੈਂ ਹੀ ਇਕੱਲਾ ਚਲਾਉਂਦਾ ਠੀਕ ਹੈ ਕੋਈ ਚਲਾਣਾ ਤਾਂ ਹੀ ਚੱਕਦਾ ਫਿਰਨਾ ਹੋਰ ਕਿਨੇ ਚੱਕਦਾ ਯਾਰ ਮੈਂ ਕਿਉਂ ਮੋਟਰਸਾਈਕਲ ਚੱਕੂਗਾ ਵੀਰੇ ਯਾਰ ਵੀਰ ਜੀ ਕੀ ਗੱਲ ਕੀ ਕੀ ਮਾਮਲਾ ਜੀ ਇਹ ਦੱਸੋਗੇ ਕੀ ਕੀ ਮਾਮਲਾ ਜੀ ਇਹ ਇਹ ਵੀਰੇ ਪਹਿਲਾਂ ਮਤਲਬ ਕਿ ਅਸੀਂ ਖੜੇ ਸੀਗੇ ਆ ਪਾਰਕਿੰਗ ਵਾਲਾ ਸੁੱਖਾ ਇਹਨੇ ਬਾਈ ਨੇ ਠੇਕਾ ਲਿਆ ਮੈਂ ਉੱਥੇ ਇਹਦੇ ਕੋਲ ਖੜ ਗਿਆ ਇਹ ਕਹਿੰਦਾ ਬਾਈ ਯਾਰ ਮਤਲਬ ਕਿ ਮੈਂ ਜਾਣ ਲੱਗਿਆ ਤੇ ਪਾਰਕਿੰਗ 'ਚ ਮੋਟਰਸਾਈਕਲ ਖੜੇ ਨੇ ਮੈਂ ਚੱਲ ਠੀਕ ਹੈ ਇਹ ਕਹਿੰਦਾ ਵੀ ਮੇਰੇ ਕੋਲ ਖੜ ਜਾ ਤਾਂ ਮੈਨੂੰ ਬੱਸ ਚੜਾ ਦੀ ਮੈਂ ਚੱਲ ਠੀਕ ਹੈ ਇਹ ਉਵੇਂ ਹੀ ਤਿੰਨ ਚਾਰ ਜਣੇ ਇਹ ਪਰਾਂ ਖੜੇ ਸੀਗੇ ਇਹ ਪਾਰਕਿੰਗ ਵਾਲੇ ਵਾਰੀ ਵਾਰੀ ਚੱਕਦੇ ਸੀਗੇ ਇਹ ਪਹਿਲਾਂ ਉੱਧਰ ਪਿੱਛੇ ਗਏ ਨੇ ਟਰਾਈ ਮਾਰ ਕੇ ਆਏ ਨੇ ਮੋਟਰਸਾਈਕਲ ਚੋਰੀ ਕਰਨ ਪਰ ਇਹਨਾਂ ਕੋਲ ਮਤਲਬ ਕਿ ਉੱਥੇ ਅਸਫਲ ਹੋ ਗਏ ਜਦੋਂ ਇੱਥੇ ਆਏ ਉਸ ਤੋਂ ਬਾਅਦ ਇਹਨੇ ਨਾ ਇਹ ਆਪਸ ਵਿੱਚ ਫੋਨ ਜਾਣ ਕੇ ਕੋਟਵਰਡ ਮਤਲਬ ਬੋਲਦੇ ਸੀਗੇ ਸੁੱਖੇ ਨੂੰ ਮੈਂ ਕਿਹਾ ਮੈਂ ਸੁੱਖੇ ਪਾਰਕਿੰਗ ਵਾਲੇ ਕੋਈ ਵੀ ਬੰਦਾ ਆਵੇ ਨਾ ਤੂੰ ਪਰਚੀ ਨਾ ਪੁੱਛ ਜਦੋਂ ਇਹ ਵੜਨਗੇ ਉਦੋਂ ਆਪਾਂ ਪਰਚੀ ਪੁੱਛਣੀ ਹੈ ਇਹ ਕਹਿੰਦਾ ਚੱਲ ਠੀਕ ਹੈ ਉਵੇਂ ਹੀ ਮੁੰਡਾ ਇਹ ਅੰਦਰ ਗਿਆ ਇਹਨੇ ਚਾਬੀ ਲਾਈ ਅਸੀਂ ਉਵੇਂ ਇਹਨੂੰ ਫੜ ਲਿਆ ਮੈਂ ਕਹਿੰਦਾ ਇਹਦੀ ਪਰਚੀ ਦੇ ਕਹਿੰਦਾ ਅਸੀਂ ਪਾਰਕਿੰਗ ਲਿਆ ਹੀ ਨਹੀਂ ਇੱਥੇ ਹੈਗਾ ਹੀ ਨਹੀਂ ਸੀ ਜਦੋਂ ਅਸੀਂ ਸਵੇਰ ਦੇ ਇੱਥੇ ਖੜੇ ਹਾਂ ਇਹ ਕਹਿੰਦੇ ਪਾਰਕਿੰਗ ਵਾਲਾ ਇੱਥੇ ਤਾਂ ਹੈਗਾ ਹੀ ਨਹੀਂ ਸੀ ਜਦੋਂ ਮੈਂ ਅੰਦਰ ਮੋਟਰਸਾਈਕਲ ਲੈਣ ਗਿਆ ਆਹ ਗੱਲ ਹੈ ਤੇ ਆਹ ਬਾਤ ਕੋਈ ਮੋਟਰਸਾਈਕਲ ਦਾ ਮਾਲਕ ਦਾ ਪਤਾ ਲੱਗੇ ਯਾਰ ਕੋਈ ਮਾਲਕ ਦਾ ਹਲੇ ਤੱਕ ਨਹੀਂ ਪਤਾ ਸੀਗੇ ਨਹੀਂ ਜਿਹੜੇ ਮੋਟਰਸਾਈਕਲ ਨੂੰ ਚੱਕ ਰਹੇ ਸੀ ਉਹਦਾ ਮਾਲਕ ਕੌਣ ਸੀਗਾ ਨਹੀਂ ਅਜੇ ਕੋਈ ਤੱਕ ਨਹੀਂ ਅਜੇ ਅਜੇ ਤੱਕ ਮਾਲਕ ਨਹੀਂ ਆਇਆ ਅਜੇ ਮਾਲਕ ਨਹੀਂ ਆਇਆ ਅਜੇ ਮਾਲਕ ਨਹੀਂ ਅੰਦਰ ਹੀ ਹੋਣਾ ਕਿਤੇ ਅੰਦਰ ਹੀ ਹੋਣਾ ਜਾਂ ਇੰਟਰਵਿਊ ਦਿੰਦਾ ਪਣਾ ਇੰਟਰਵਿਊ ਹੈਗੀ ਬਾਈ ਉਹ